ਕੀ ਨਾਮ ਆਪਣਾ ਜੀ? ਮੇਰਾ ਨਾਮ ਸਰ ਸੰਦੀਪ ਹੈ। ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ? ਪਾਉ ਪਿੰਡ। ਤੇ ਇਸ ਦਾ ਕੀ ਮਾਮਲਾ ਸਾਰਾ ਜਿਹੜਾ ਤੇਰਾ ਸੱਟਾਂ ਵਗੈਰਾ? ਸਰ ਮਾਮਲਾ ਇਹ ਆ ਅਸੀਂ ਕੰਮ ਕਰਦੇ ਜ਼ਿਮੀਂਦਾਰਾਂ ਦਾ। ਅੱਛਾ। ਅਸੀਂ ਇਹਦਾ ਕੰਮ ਕਰਦਾ ਸੀ ਸੜਕ ਤੇ ਉਹ। ਹਾਂ। ਮੈਂ ਵੀ ਨਾਲ ਹੀ ਹਾਂ ਉਹਨਾਂ ਦੇ। ਅੱਛਾ। ਤੇ ਉਹ ਤਰੇ ਆਉਂਦੇ ਸੀ ਤੇ ਆਪਸ ਨਹੀਂ ਗੱਲ ਕਰਦਾ ਸੀ ਦੋ ਜਣੇ। ਕੌਣ ਤਰੇ ਆਉਂਦੇ ਸੀ? ਉਹ ਜਿਨ੍ਹਾਂ ਨਾਲ ਝਗੜਾ ਹੋਇਆ। ਕੌਣ ਹੈ ਕੀ ਨਾਮ ਉਹਨਾਂ ਦਾ? ਇੱਕ ਦਾ ਨਾਮ ਇੰਦੂ ਆ। ਹਾਂਜੀ। ਤੇ ਇੱਕ ਦਾ ਨਾਮ ਜਗਰੂਪ ਆ। ਅੱਛਾ। ਠੀਕ ਹੈ ਸਰ। ਹਾਂਜੀ। ਤੇ ਉਹ ਮੇਰਾ ਭਰਾ ਵਾ ਜਿਹਦੇ ਨਾਲ ਝਗੜਾ ਹੋਇਆ ਵਾ। ਗੁਰਪਿੰਦਰ। ਤੇਰੇ ਭਰਾ ਦਾ ਨਾਮ ਕੀ? ਗੁਰਪਿੰਦਰ ਆ ਉਹਦਾ ਨਾਮ ਜਿਹਦੇ ਨਾਲ ਝਗੜਾ ਆ। ਠੀਕ ਹੈ। ਬਾਅਦ ਝਗੜਾ ਹੋਇਆ ਵਾ, ਝਗੜੇ ਤੋਂ ਬਾਅਦ ਆ ਗਏ ਆ ਸ਼ਾਮੀ ਪਈ ਘਰੇ। ਹਾਂਜੀ। ਅਸੀਂ ਤਿੰਨੇ ਭਰਾ ਤੁਰੇ ਆਉਂਦੇ ਆ। ਹਾਂ। ਉਹਨਾਂ ਮੁੰਡੇ ਸੱਦ ਕੇ ਨਾ ਤੇ ਸਾਡੇ ਗੱਲ ਪੈ ਗਿਆ, ਹੱਥੇ ਹਮਲਾ ਕੀਤਾ ਉਹਨਾਂ ਨਾਲ। ਕਿਹੜੀ ਗੱਲੋਂ? ਕਿਹੜੀ ਗੱਲੋਂ ਹਮਲਾ ਕੀਤਾ ਤੁਹਾਡੇ? ਹਮਲਾ ਇਸੇ ਗੱਲ ਤੇ ਕਿ ਝਗੜਾ ਆ ਤੇ ਪਹਿਲਾਂ ਤੇ ਨਵੇੜਾ ਹੋ ਗਿਆ ਵਾ, ਛੱਡ ਛੜਾ ਹੋ ਗਿਆ ਸਾਡਾ। ਬਾਅਦ ਦੇ ਵਿੱਚ ਉਹਨਾਂ ਮੁੰਡੇ ਸੱਦ ਕੇ ਅਸੀਂ ਤੁਰੇ ਆਉਂਦੇ, ਸਾਡੇ ਗੱਲ ਪੈ ਗਈ। ਇਹ ਕੋਈ ਤੁਹਾਡੀ ਪੁਰਾਣੀ ਰੰਜਿਸ਼ ਹੋਈ ਉਹਨਾਂ ਨਾਲ ਕੋਈ? ਹੈਗੀ ਥੋੜੀ ਜੀ, ਬਾਅਦ ਚ ਅਸੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨਾਲ। ਕਿੰਨੀਆਂ ਸੱਟਾਂ ਲੱਗੀਆਂ ਤੇਰੇ ਪਾਸ? ਕਾਫੀ ਸੱਟਾਂ ਸਰ ਉਹਨਾਂ ਨਾਲ। ਕਾ ਕਾ ਉਹਨਾਂ ਕੋਲ ਕੀ ਹਥਿਆਰ ਕਿਹੜੇ ਉਹਨਾਂ ਕੋਲ? ਦਾਤਰ ਹੀ ਉਹਨਾਂ ਕੋਲ ਸਰ। ਕਿੰਨੇ ਜਾਣੇ ਸੀ ਉਹ? 8 ਜਾਣੇ ਸੀ ਉਹ। ਬਾਕੀ ਹੋਰ ਕਾਫੀ ਜਾਣੇ ਸੀ ਉਹਨਾਂ ਦੀ ਸਿਆਣੀ ਸੀ। ਦੋ ਜਾਣਿਆਂ ਦੇ ਸਰ ਸੱਟਾਂ ਲੱਗੀਆਂ। ਕਿਹਦੇ ਸੱਟਾਂ ਲੱਗੀਆਂ? ਇੱਕ ਤੇ ਮੇਰਾ ਵੱਡਾ ਭਰਾ ਗੁਰਪਿੰਦਰ ਆ। ਅੱਛਾ। ਤੇ ਇੱਕ ਗੁਰਜੰਟ ਸਿੰਘ ਆ। ਕਿੱਥੇ ਦਾਖਲ ਹੋ? ਉਹ ਇੱਕ ਅੰਮ੍ਰਿਤਸਰ ਆ ਤੇ ਇੱਕ PGI ਆ। ਹਾਂਜੀ, ਚੰਡੀਗੜ੍ਹ। ਅੱਛਾ। ਬਾਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਆ? ਨਹੀਂ ਹਲੇ ਕੋਈ ਨੀ ਸਰ ਕੀਤੀ ਉਹਨਾਂ। ਕਿੰਨੇ ਦਿਨ ਹੋ ਗਏ ਗੱਲ ਹੋਈ ਨੂੰ? 3-4 ਦਿਨ ਹੋ ਗਏ ਇਸ ਗੱਲ ਨੂੰ। ਪੁਲਿਸ ਨੂੰ ਤਨਖਾਹ ਦਿੱਤੀ ਆ? ਹਾਂਜੀ ਦਿੱਤੀ ਆ ਸਰ। ਤੇ ਪੁਲਿਸ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਨਾ? ਹਲੇ ਕੋਈ ਨੀ ਸਰ ਕੀਤੀ ਉਹਨਾਂ ਨੇ। ਪੁਲਿਸ ਨੇ ਫੜਿਆ ਨੀ ਬੰਦੇ ਉਹ? ਨਹੀਂ ਹਲੇ। ਪਰਚਾ ਦਰਜ ਕੀਤਾ ਪੁਲਿਸ ਨੇ ਕਿ ਨਹੀਂ? ਨਹੀਂ ਹਲੇ ਨਹੀਂ ਕੀਤਾ ਸਰ। 4 ਦਿਨ ਹੋ ਗਏ ਆ ਪੁਲਿਸ ਨੇ ਪਰਚਾ ਦਰਜ ਨਹੀਂ ਕੀਤਾ। ਹਾਂਜੀ ਨਹੀਂ ਕੀਤਾ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਜੇ ਹੁਣ ਵੀ 4 ਦਿਨ ਹੋ ਗਏ ਆ ਭਿੱਖੀਵਿੰਡ ਪੁਲਿਸ ਨੇ ਪਰਚਾ ਤੱਕ ਦਰਜ ਨਹੀਂ ਕੀਤਾ? ਤੁਹਾਡੇ ਜਿਹੜੇ ਭਰਾ ਉਹ ਮਰਨ ਕਿਨਾਰੇ ਪਏ ਆ, ਤੁਸੀਂ ਕੀ ਮੰਗ ਕਰਦੇ ਜੇ ਸਰਕਾਰ ਕੋਲੋਂ ਵੀ ਕੀ ਕੀਤਾ ਜਾਵੇ? ਅਸੀਂ ਤੇ ਇਹੀ ਮੰਗ ਮੰਗਦੇ ਕਿ ਸਾਡੇ ਭਰਾ ਸਹੀ ਹੋ ਜਾਣ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਗੁਰਪਿੰਦਰ ਸਿੰਘ ਮਤਲਬ ਸਾਹਿਬ ਸਿੰਘ ਅਤੇ ਉਹਦਾ ਭਰਾ ਗੁਰਜੰਤ ਸਿੰਘ ਜਿਹੜੇ ਸੱਟਾਂ ਲੱਗਣ ਕਾਰਨ ਦਾਖਲ ਹੋਏ ਆ, ਅਤੇ ਗੁਰਪਿੰਦਰ ਸਿੰਘ ਦੇ ਇੱਕ ਸੱਜੇ ਪਾਸੇ ਸਿਰ ਸੱਟ ਆ ਅਤੇ ਇੱਕ ਬਾਂਹ 'ਤੇ ਸੱਟ ਆ। ਗੁਰਜੰਤ ਸਿੰਘ ਦੇ ਹੱਥਾਂ 'ਤੇ ਸੱਟਾਂ ਅਤੇ ਗੁਰਪਿੰਦਰ ਸਿੰਘ ਦੀ ਜਿਹੜੀ ਸਿਰ 'ਤੇ ਸੀਰੀਅਸ ਸੱਟ ਹੋਣ ਕਰਕੇ ਇਹਦਾ ਜਿਹੜਾ ਭਰਾ ਗੁਰਜੰਤ ਸਿੰਘ ਜਾਣੀ ਉਹਦੇ ਬਿਆਨ 'ਤੇ ਜਿਹੜਾ 5 ਮੁੰਡਿਆਂ ਦੇ ਖਿਲਾਫ ਜਿਨ੍ਹਾਂ 'ਚ ਬਾਵਾ ਸਿੰਘ ਅਤੇ ਰੂਪਾ ਸਿੰਘ ਪੁੱਤਰ ਗੋਰਾ ਸਿੰਘ ਅਤੇ ਗੋਰਾ ਸਿੰਘ ਪੁੱਤਰ ਪ੍ਰਕਾਰ ਸਿੰਘ ਇੰਦੀ ਅਤੇ ਕਾਲਾ ਪੁੱਤਰ ਅਵਤਾਰ ਸਿੰਘ ਦੇ ਖਿਲਾਫ ਧਾਰਾ 307-148 ਚੁਣਜਾਏ ਪਿੱਛੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ESC ਬਲਵੀਰ ਸਿੰਘ ਦੇ ਨਾਲ ਅਮਲ ਜਾਂਦੀ ਜਾ ਰਹੀ ਹੈ। ਦੋਸ਼ੀਆਂ ਦੇ ਘਰਾਂ 'ਤੇ ਰੇਡ ਕੀਤੀ ਜਾ ਰਹੀ ਹੈ ਅਤੇ ਜਲਦੀ ਕਾਬੂ ਕਰ ਰਹੇ ਹਨ। ਅਤੇ ਸਰ ਕੋਈ ਕਾਬੂ ਹੋਇਆ ਬੰਦਾ? ਨਹੀਂ, ਅੱਜ ਤੱਕ ਕੋਈ ਕਾਬੂ ਨਹੀਂ ਆਇਆ, ਰੇਡ ਕੀਤੀ ਜਾ ਰਹੀ ਹੈ। ਧੰਨਵਾਦ।